ਇਹਨੇ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ ਜਿੱਥੇ ਟਰੱਕ ਦਾ ਡਰਾਈਵਰ ਬੁਰੀ ਤਰ੍ਹਾਂ ਟਰੱਕ ਦੇ ਕੈਬਿਨ ਦੇ ਵਿੱਚ ਫਸ ਗਿਆ। ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਇਹ ਨਹੀਂ ਨਿਕਲਿਆ। ਆਖਿਰ ਨੂੰ ਕਟਰ ਅਤੇ ਕਰੇਨ ਮੰਗਾਈ ਗਈ ਜਿਸ ਦੇ ਨਾਲ ਇਸ ਡਰਾਈਵਰ ਨੂੰ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਇਸ ਦੀ ਮੌਤ ਹੋ ਚੁੱਕੀ ਸੀ। ਦੱਸਦੇ ਕਿ ਉਨਿੰਦਰਾ ਡਰਾਈਵਰ ਨੇ ਅੱਗੇ ਜਾ ਰਹੇ ਟਰੱਕ ਨੂੰ ਜ਼ੋਰ ਨਾਲ ਟੱਕਰ ਮਾਰੀ ਜਿਸ ਦੇ ਨਾਲ ਟਰੱਕ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਿਪਕ ਗਿਆ ਔਰ ਇਹ ਡਰਾਈਵਰ ਬੁਰੀ ਤਰ੍ਹਾਂ ਸਟੇਅਰਿੰਗ ਅਤੇ ਕੈਬਿਨ ਦੇ ਵਿੱਚ ਫਸ ਗਿਆ। ਹਾਲਾਂਕਿ ਲੋਕਾਂ ਨੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਬਾਹਰ ਨਹੀਂ ਨਿਕਲ ਸਕਿਆ। ਆਖਿਰ ਨੂੰ ਕਰੇਨ ਮੰਗਾਈ ਗਈ, ਕਟਰ ਦੇ ਨਾਲ ਕੈਬਿਨ ਨੂੰ ਕੱਟ ਕੇ ਇਸ ਡਰਾਈਵਰ ਨੂੰ ਬਾਹਰ ਕੱਢਿਆ ਗਿਆ। ਇਹ ਤਸਵੀਰਾਂ ਲੁਧਿਆਣਾ ਦੇ ਤਾਜਪੁਰ ਹਾਈਵੇ ਪੁਲ ਦੀਆਂ ਨੇ ਜਿੱਥੇ ਇਹ ਹਾਦਸਾ ਹੋਇਆ। ਟਰੱਕ ਦੀ ਰਫ਼ਤਾਰ ਕਾਫ਼ੀ ਤੇਜ਼ ਸੀ ਅਤੇ ਡਰਾਈਵਰ ਵੀ ਉਨਿੰਦਰਾ ਸੀ। ਸਟੇਅਰਿੰਗ ਅਤੇ ਕੈਬਿਨ ਦੇ ਵਿੱਚ ਬੁਰੇ ਤਰੀਕੇ ਨਾਲ ਫਸ ਗਿਆ। ਡਰਾਈਵਰ ਦਾ ਨਾਮ ਸੁਖਦੇਵ ਸਿੰਘ ਸੀ ਜੋ ਚਾਂਡਲੀ ਤੋਂ ਫਗਵਾੜਾ ਗੱਡੀ ਲੈ ਕੇ ਜਾ ਰਿਹਾ ਸੀ। ਰਸਤੇ ਦੇ ਵਿੱਚ ਨੀਂਦ ਆਈ ਜਿਸ ਦੇ ਨਾਲ ਉਸਦਾ ਐਕਸੀਡੈਂਟ ਹੋ ਗਿਆ ਅੱਗੇ ਜਾ ਰਹੇ ਟਰੱਕ ਦੇ ਨਾਲ। ਤਾਂ ਭਿਆਨਕ ਹਾਦਸੇ ਦੇ ਵਿੱਚ ਇਸ ਡਰਾਈਵਰ ਦੀ ਮੌਤ ਹੋ ਗਈ ਔਰ ਬੁਰੇ ਤਰੀਕੇ ਦੇ ਨਾਲ ਟਰੱਕ ਦੇ ਵਿੱਚ ਹੀ ਫਸਿਆ ਰਿਹਾ। ਲੋਕਾਂ ਦੇ ਵੱਲੋਂ ਰੌਲਾ ਪਾਇਆ ਗਿਆ, ਪੁਲਿਸ ਮੌਕੇ ਤੇ ਪਹੁੰਚ ਗਈ ਤਾਂ ਇਸ ਡਰਾਈਵਰ ਸੁਖਦੇਵ ਸਿੰਘ ਦੀ ਲਾਸ਼ ਨੂੰ ਬਾਹਰ ਕੱਢ ਕੇ ਸਰਕਾਰੀ ਹਸਪੀਟਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ। ਤਾਂ ਲੁਧਿਆਣਾ ਦੇ ਤਾਜਪੁਰ ਹਾਈਵੇ ਪੁਲ ਤੇ ਇਹ ਭਿਆਨਕ ਹਾਦਸਾ ਹੋਇਆ ਜਿੱਥੇ ਟਰੱਕ ਦਾ ਡਰਾਈਵਰ ਕੈਬਿਨ ਦੇ ਵਿੱਚ ਹੀ ਫਸਿਆ। ਤਾਂ ਲੋਕਾਂ ਨੇ ਕਟਰ ਮੰਗਾਇਆ, ਕਟਰ ਦੇ ਨਾਲ ਕੈਬਿਨ ਨੂੰ ਕੱਟਿਆ ਗਿਆ ਜਿਸ ਤੋਂ ਬਾਅਦ ਇਸ ਡਰਾਈਵਰ ਨੂੰ ਬੜੀ ਹੀ ਮਸ਼ਕਤ ਬਾਅਦ ਬਾਹਰ ਕੱਢਿਆ ਗਿਆ। ਅਰਜੁਨ ਸਿੰਘ। ਅਰਜੁਨ ਕਹਾਂ ਸੇ ਆ ਰਹੀ ਆਪਕੀ ਗਾੜੀ? ਪਾਣੀਪਤ ਸੇ ਜੀ। ਕਹਾਂ ਜਾ ਰਹੀ ਜੀ? ਸ਼੍ਰੀਨਗਰ। ਆਜ ਮਾਮਲਾ ਕਿਆ ਹੁਆ ਆਪਕੀ ਗਾੜੀ ਕਾ? ਮਾਮਲਾ ਮੈਂ ਫਲਾਈ ਓਵਰ ਚੜ ਰਹਾ ਥਾ ਲੁਧਿਆਣਾ ਮੇਂ, ਤੋ ਪੀਛੇ ਸੇ ਗਾੜੀ ਆਈ, ਓਵਰ ਸਪੀਡ, ਸ਼ਾਇਦ ਉਸਕੋ ਨੀਂਦ ਆ ਗਈ, ਕਿਆ ਹੁਆ ਤੋ ਉਸਨੇ ਪੀਛੇ ਗਾੜੀ ਕੇ ਪੀਛੇ ਗਾੜੀ ਮਾਰ ਦੀ। ਉਸ ਗਾੜੀ ਮੇਂ ਕਿਤਨੇ ਬੰਦੇ ਥੇ? ਇੱਕ ਹੀ ਬੰਦਾ ਥਾ। ਜਬ ਆਪਕੋ ਪਤਾ ਲਗਾ ਕਿ ਹਿੱਟ ਰਹੀ ਹੈ ਤੋ ਕੁਛ ਆਪਨੇ ਮਦਦ ਕੀ? ਮੈਂ ਉਤਰਾ, ਗਾੜੀ ਜੋ ਆ ਜਾ ਰਹੀ ਥੀ ਰੋਡ ਪੇ ਉਨਕੋ ਰੋਕਾ ਔਰ ਰੱਸਾ ਰੁੱਸਾ ਲਗਾ ਕੇ ਕੈਬਨ ਮੇਂ ਫਸ ਗਿਆ ਬੰਦਾ, ਉਸਕੋ ਨਿਕਾਲਨੇ ਕੀ ਬਹੁਤ ਕੋਸ਼ਿਸ਼ ਕੀ, ਲੇਕਿਨ ਵੋ ਜ਼ਿਆਦਾ ਫਸਨੇ ਕੇ ਕਾਰਨ ਵੋ ਕਟਰ ਕੇ ਬਗੈਰ ਨਹੀਂ ਨਿਕਲਣਾ ਥਾ, ਪਰ ਨਹੀਂ ਨਿਕਲਾ, ਹਮਾਰੀ ਬਹੁਤ ਕੋਸ਼ਿਸ਼ ਕੇ ਬਾਅਦ ਵੀ ਨਹੀਂ ਨਿਕਾਲ ਪਾਏ। ਕਿਤਨੇ ਆਪਕੇ ਗਾੜੀ ਮੇਂ ਕਿਆ ਮਾਲ ਲੈ ਜਾ ਰਹੇ ਆਪ? ਬਲੌਕ ਆ ਜੀ। ਕਿਤਨਾ ਟਨ ਮਾਲ ਹੈ? 34 ਟਨ ਅੰਡਰਲੋਡ ਆ ਜੀ। ਆਪ ਆਪਕੇ ਕੋਈ ਚੋਟ ਮੋੜ ਲੱਗੀ ਜਾਂ ਹਿੱਟ ਹੋਈ ਗਾੜੀ? ਨਹੀਂ ਜੀ, ਮੇਰੇ ਕੇ ਕੋਈ ਚੋਟ ਨਹੀਂ ਲੱਗੀ। ਉਸ ਗਾੜੀ ਮੇਂ ਕਿਤਨੇ ਬੰਦੇ ਥੇ? ਇਸਮੇਂ? ਉਸਮੇਂ ਇੱਕ ਹੀ ਥਾ। ਠੀਕ ਹੈ। ਅੱਜ ਐਕਸੀਡੈਂਟ ਸਾਨੂੰ 7:55 ਦੇ ਇਨਫੋਰਮੇਸ਼ਨ ਮਿਲੀ ਆ। ਠੀਕ ਹੈ ਜੀ, ਅਸੀਂ ਇੱਥੇ ਮੌਕੇ 'ਤੇ ਆਏ ਹਾਂ, ਉਦੋਂ ਹਾਦਸਾ ਵਾਪਰ ਚੁੱਕਾ ਸੀਗਾ। ਠੀਕ ਹੈ, ਫਿਰ ਅਸੀਂ ਟੋਲ ਹਾਈਵੇ ਵਾਲੇ ਨੂੰ ਕੀਤਾ, ਟੈਲੀਫੋਨ ਕੀਤਾ, ਇਹਨਾਂ ਅਰੇਂਜਮੈਂਟ ਕੀਤਾ, ਕਿਉਂਕਿ ਬਾਜ਼ਾਰ ਖੁੱਲ੍ਹਾ ਨਹੀਂ ਸੀਗਾ, ਜਿਸ ਕਰਕੇ ਜਿਹੜਾ ਵੀ ਆਪਣੇ ਇੰਨੀ ਜਲਦੀ ਇੰਤਜ਼ਾਮ ਨਹੀਂ ਹੋ ਸਕਿਆ। ਇਹ ਹੁਣ ਹਾਈਵੇ ਵਾਲੇ ਆਏ ਸੀਗੇ ਆਪਣੇ ਕੋਲ, ਹਾਈਵੇ ਵਾਲੇ ਆ ਕੇ ਇਹਨੂੰ ਕੱਟ ਕੇ ਅਤੇ ਇਹਨੂੰ ਆਪਾਂ ਕੱਢਿਆ, ਡੈਡ ਬੋਡੀ ਨੂੰ ਕੱਢਿਆ, ਐਂਬੂਲੈਂਸ ਵੀ ਆਪਣੇ ਮੌਕੇ 'ਤੇ ਪਹਿਲੇ ਆ ਗਈ ਸੀ। ਹਾਂਜੀ ਸਰ, ਗੱਡੀ ਕਿੱਥੋਂ ਕਿੱਥੇ ਜਾ ਰਹੀ ਸੀ? ਇਹ ਨਹੀਂ ਜੀ ਪਤਾ ਜੀ। ਸਰ, ਹਾਦਸਾ ਹੋਣ ਦੇ ਕੀ ਕਾਰਨ ਕੀ ਸਾਹਮਣੇ ਆਏ ਨੇ ਜੀ ਮੈਡਮ? ਉਸ ਬਾਰੇ ਮੈਂ ਇਹਦੇ ਹਾਲੇ ਪਤਾ ਪੁੱਛਿਆ ਨਹੀਂ ਆਪਾਂ ਹਾਲੇ। ਹੈਲੋ ਸਰ। ਹਾਂਜੀ ਹਾਂਜੀ, ਲੋੜ 'ਤੇ ਗੱਡੀ ਜਾ ਰਹੀ ਸੀ, ਉਹ ਪਿੱਛੇ ਉਹ ਸੌਂ ਗਿਆ, ਡਰਾਈਵਰ ਸੌਂ ਗਿਆ ਕਿਤੇ, ਨੀਂਦ ਆ ਗਈ ਉਹਨੂੰ, ਇਸ ਕਾਰਨ ਹਾਦਸਾ ਹੋ ਗਿਆ। ਹੋਰ ਕੋਈ ਉਹ ਨਾਲੇ ਕਹਿੰਦੇ ਕੰਨਾਂ ਦੇ ਹਾਂਜੀ ਡਰਾਈਵਰ ਦਾ ਨਾਮ ਪਤਾ ਲੱਗਿਆ? ਨਹੀਂ, ਕੋਈ ਨਾਮ ਨਹੀਂ ਪਤਾ ਲੱਗਾ, ਮੌਕੇ 'ਤੇ ਝਟਕ ਜਿਉਂਦਾ ਰਿਹਾ, ਮੁੜ ਕੇ ਡੈੱਡ ਹੋ ਗਿਆ, ਜ਼ਿਆਦਾ ਚਿਰ ਉਹਦਾ ਪਤਾ ਨਹੀਂ ਲੱਗਿਆ। ਔਰ ਇਹਨਾਂ ਵੀ ਦਵਾ ਦਵਾ ਪੂਰੀ ਹੋ ਗਈ ਸੀ, ਐਂਬੂਲੈਂਸਾਂ ਵੀ ਆ ਗਈਆਂ ਸੀ, ਰੋਡ ਵਾਲੇ ਵੀ ਸਾਰੇ ਆ ਗਏ ਸੀ, ਠੀਕ ਨਾ, ਮੁਲਾਜ਼ਮ ਪੁਲਿਸ ਵੀ ਆ ਗਈ ਸੀ, ਪਰ ਉਹ ਫਾਸੀ ਇੰਨਾ ਚੁੱਕਾ ਸੀ ਵਿੱਚ, ਉਹਦਾ ਲੱਤਾਂ ਕੱਟ ਕੇ ਨਿਕਲਣਾ, ਨਹੀਂ ਨਿਕਲਣਾ ਡਰਾਈਵਰ।